ਲਗਾਤਾਰ ਕੋਈ ਨਾ ਮੈਂ ਥਾਣੇ ਬੈਠਾ ਮੂੰ ਇੱਕ ਤਫਤੀਸ਼ ਦੇ ਸਿਲਸਿਲੇ ਚ ਮੈਨੂੰ ਬੇਟੇ ਫੋਨ ਕੀਤਾ ਬਈ ਇੱਕ ਬੰਦਾ ਮਸਜਿਦ ਵੜ ਗਿਆ ਤੇ ਉਸ ਕੁਰਾਨ ਪਾਕ ਜਲਾ ਕੇ ਤੇ ਧੂੰਆਂ ਹੀ ਧੂੰਆਂ ਹੈ ਤੇ ਅਸੀਂ ਉਹਨੂੰ ਫੜ ਲਿਆ ਨੂੰ ਵੀ ਫੋਨ ਕਰ ਛੋੜਿਆ ਤੁਸੀਂ ਵੀ ਜਲਦੀ ਪਹੁੰਚੋ ਮੈਂ ਵੀ ਆ ਗਿਆ ਤੇ ਐਸ ਐਚ ਓ ਸਾਹਿਬ ਵੀ ਆ ਗਏ ਅਸੀਂ ਅੰਦਰ ਵੜ ਕੇ ਤੇ ਉਸਨੂੰ ਮਹਿਫੂਜ਼ ਕੀਤਾ ਕਮਰੇ ਦੇ ਵਿੱਚ ਤਾਲਾ ਲਾਇਆ ਉਹਦੀ ਹਿਫਾਜ਼ਤ ਵਾਸਤੇ ਮੇਨ ਦਰਵਾਜ਼ਾ ਆਪਣੀ ਮਸਜਿਦ ਦਾ ਉਸਨੂੰ ਅੰਦਰੋਂ ਕੁੰਡੇ ਲਾ ਕੇ ਬੰਦੇ ਖੜੇ ਕਰ ਦਿੱਤੇ ਜਿਸ ਵੇਲੇ ਮੈਂ ਪਹੁੰਚਿਆ ਉਸ ਵੇਲੇ 100 ਇੱਕ ਬੰਦਾ ਬਾਹਰ ਜਮ੍ਹਾਂ ਹੈ ਤੇ ਉਸ ਤੋਂ ਬਾਅਦ ਹਜ਼ਾਰਾਂ ਦੀ ਤਾਦਾਦ ਦੇ ਲੋਕ ਪਹੁੰਚ ਗਏ ਤੇ ਨਾਰਾ ਤਕਬੀਰ ਤੇ ਨਾਰੇ ਮਰਿੰਦੇ ਮਰਿੰਦੇ ਉਹਨਾਂ ਧੱਕੇ ਮਾਰਨ ਦਰਵਾਜ਼ਾ ਤਰੁੱਟ ਗਿਆ ਮਸਜਿਦ ਦਾ ਤੇ ਅੰਦਰ ਵੜ ਕੇ ਅੰਦਰੋਂ ਅਗਲਾ ਤਾਲਾ ਵੀ ਤਰੁੱਟ ਗਿਆ ਤੇ ਅੰਦਰੋਂ ਬੰਦਾ ਉਹਨਾਂ ਸਾਡੇ ਕੋਲ ਐਸ ਐਚ ਓ ਸਾਹਿਬ ਵੀ ਬੇਦਾਰ ਆ ਗਿਆ ਮੈਂ ਹੀ ਬੇਦਾਰ ਆ ਗਿਆ ਪੁਲਿਸ ਦੇ ਹੋਰ ਅਹਿਲਕਾਰ ਹੀ 2-4 ਖਲਿਆ ਉਹਨਾਂ ਕੱਟ ਕੇ ਤੇ ਭਜਾ ਕੇ ਬਾਹਰ ਲਾ ਕੇ ਮਾਰ ਛੱਡਿਆ ਨੇ ਕੁੱਟ ਕੱਟ ਕੇ ਕੋਈ ਨਾਮ ਨਹੀਂ ਦੱਸਿਆ ਉਸ ਤੇ ਨਾ ਕੁਛ ਕੋਈ ਗੱਲ ਨਹੀਂ ਕੀਤੀ ਪੁਲਿਸ ਕੋਸ਼ਿਸ਼ ਬੜੀ ਕੀਤੀ ਮੇਰੇ ਨਾਲ ਰਲ ਕੇ ਮੈਂ ਵੀ ਕੀਤੀ ਕੋਸ਼ਿਸ਼ ਲੇਕਿਨ ਆਵਾਮ ਦਾ ਸੈਲਾਬ ਵੀ ਇਤਨਾ